ਕਰੋਨਾ ਮਹਾਮਾਰੀ ਦੌਰਾਨ ਪੱਤਰਕਾਰੀ ਕਰਨ ਵਾਲੇ ਅਤੇ ਘਰ ਘਰ ਅਖਬਾਰ ਪਹੁੰਚਾਉਣ ਵਾਲੇ ਪੱਤਰਕਾਰਾਂ ਅਤੇ ਹਾਕਰਾਂ ਦਾ ਕਾਂਗਰਸ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਬੀਰਮੀ, ਸਾਬਕਾ ਸਰਪੰਚ ਜਗਤਾਰ ਸਿੰਘ, ਸਰਦਾਰ ਗੁਰਜੀਤ ਸਿੰਘ, ਵਾਈਸ ਪ੍ਰਧਾਨ ਕਾਂਗਰਸ ਦਿਹਾਤੀ ਸਰਦਾਰ ਅਮਰਜੀਤ ਸਿੰਘ ਹੇਰਾਂ ਵੱਲੋਂ ਪੱਤਰਕਾਰ ਡਾਕਟਰ ਕੁਲਦੀਪ ਸਿੰਘ ਮਾਨ, ਮਨੀ ਰਸੂਲਪੁਰੀ, ਗੁਰਪ੍ਰੀਤ ਸਿੰਘ ਭਰੋਵਾਲ, ਹਾਕਰ ਦਰਸ਼ਨ ਸਿੰਘ, ਹਾਕਰ ਸੋਨਪ੍ਰੀਤ ਸਿੰਘ ਦਾ ਸਰੋਪਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਬੀਰਮੀ, ਬਲਵਿੰਦਰ ਸਿੰਘ, ਬੱਗਾ ਸਿੰਘ ਆਦਿ ਮੌਕੇ 'ਤੇ ਹਾਜ਼ਰ ਸਨ। ਨਗਰ ਭੋਂਦੜੀ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਇਲੈਕਟ੍ਰਿਕ ਮੀਡੀਆ ਪੰਜਾਬ ਦੀ ਆਵਾਜ਼ ਔਰ ਸਾਡੇ ਅਦਾਰਾ ਅਜੀਤ ਦੇ ਪ੍ਰੈਸ ਰਿਪੋਰਟਰ ਕੁਲਦੀਪ ਮਾਨ ਜੀ ਔਰ ਅੱਜ ਦੀ ਆਵਾਜ਼ ਦੇ ਪ੍ਰੈਸ ਰਿਪੋਰਟਰ ਮਨੀ ਰਸੂਲਪੁਰੀ ਜੀ, ਹੈਪੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪਿਛਲੇ 63 ਦਿਨਾਂ ਤੋਂ ਜੋ ਕਿ ਸਾਡੇ ਲੋਕਡਾਊਨ ਚੱਲ ਰਿਹਾ ਔਰ ਕਰਫਿਊ ਚੱਲ ਰਿਹਾ, ਜੋ ਸਾਡੀ ਦੇਸ਼ ਦੇ ਵਿੱਚ, ਵਰਲਡ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬਹੁਤ ਹੀ ਭਿਆਨਕ ਬਿਮਾਰੀ ਕਰੋਨਾ ਦਾ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਹਾਕਰ ਅਜੀਤ ਦੇ ਔਰ ਜਗਬਾਣੀ ਦੇ, ਜਿਨ੍ਹਾਂ ਨੇ ਦਿਨ ਰਾਤ ਕਰਕੇ ਮੇਰੇ ਖਿਆਲ ਦੇ ਹਿਸਾਬ ਨਾਲ ਵੀ ਕੋਈ ਐਸਾ ਦਿਨ ਨਹੀਂ ਹੈ ਜਿਸ ਦਿਨ ਹਾਜ਼ਰੀ ਕੀਤੀ ਹੋਵੇ, ਚਾਹੇ ਉਹ ਕਰਫਿਊ ਸੀ, ਚਾਹੇ ਉਹ ਲੋਕਡਾਊਨ ਸੀ, ਜਿੱਥੇ ਸਾਡੇ ਪ੍ਰੈਸ ਵਾਲੇ ਵੀਰ ਜਿੰਨੇ ਵੀ ਆ ਸਾਡੇ, ਉਹਨਾਂ ਨੇ ਵੀ ਸਾਰੇ ਸਾਡੇ ਨਗਰਾਂ ਦੇ ਵਿੱਚ ਜਾ ਕੇ ਸਾਡੀਆਂ ਸਾਰੀਆਂ ਜਿੰਨੀਆਂ ਪਿੰਡਾਂ ਦੀਆਂ ਰਿਪੋਰਟਾਂ ਸੀ ਔਰ ਬਿਨਾਂ ਨਿਤਾੜਕ ਹੋ ਕੇ ਜਿਸ ਤਰ੍ਹਾਂ ਸਾਡੇ ਹੋਸਪਿਟਲਾਂ ਦੇ ਵਿੱਚ ਡਾਕਟਰ ਔਰ ਸਾਡੀ ਸਾਰੀ ਐਡਮਿਨਿਸਟ੍ਰੇਸ਼ਨ, ਚਾਹੇ ਉਹ ਪੁਲਿਸ ਹੈ, ਚਾਹੇ ਉਹ ਸਾਡਾ ਮਾਲ ਮਹਿਕਮਾ ਵਾ, ਚਾਹੇ ਉਹ DC ਆਫਿਸ ਦੇ ਸਾਡੇ ਅਫੀਸਰ ਸਾਹਿਬਾਨ ਨੇ, ਜਿਨ੍ਹਾਂ ਨੇ ਦਿਨ ਰਾਤ ਕਰਕੇ ਇਹ ਜਿਹੜੀ ਸਾਡੀ ਹਿੰਦੁਸਤਾਨ ਦੇ ਵਿੱਚ, ਸਾਰੇ ਵਰਲਡ ਦੇ ਵਿੱਚ ਇਹ ਜਿਹੜੀ ਕਰੋਨਾ ਦੀ ਬਿਮਾਰੀ ਆ ਜਿਹਦਾ ਡਟ ਕੇ ਮੁਕਾਬਲਾ ਕੀਤਾ, ਜਿੱਥੇ ਮੈਂ ਬਹੁਤ ਬਹੁਤ ਦੁਬਾਰਾ ਫਿਰ ਧੰਨਵਾਦ ਕਰਦਾ ਸਾਡੇ ਉਹ ਹਾਕਰਾਂ ਦਾ ਔਰ ਸਾਡੇ ਅਜੀਤ ਅਤੇ ਜਗਬਾਣੀ ਦੇ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਆ, ਸਾਡੇ ਅੱਜ ਦੀ ਆਵਾਜ਼ ਦੇ, ਇਹਨਾਂ ਦਾ ਜਿਨ੍ਹਾਂ ਨੇ ਕਦੇ ਵੀ ਮਨ ਦੇ ਵਿੱਚ ਸਕੂਨ ਨਹੀਂ ਲਿਆਂਦਾ ਵੀ ਸਾਨੂੰ ਬਿਮਾਰੀ ਦਾ ਕਿਤੇ ਸਾਡੇ 'ਤੇ ਅਟੈਕ ਨਾ ਹੋ ਜਾਵੇ, ਕਿਉਂਕਿ ਹਰ ਇਨਸਾਨ ਦੇ ਘਰ ਜਾਣਾ, ਘਰ ਜਾ ਕੇ ਪੇਪਰ ਦੇਣਾ, ਚਾਹੇ ਸਾਡਾ ਅਦਾਰਾ ਪੈਟਰੋਲ ਪੰਪ ਆ ਉੱਥੇ ਪੇਪਰ ਦੇਣੇ ਆ, ਹਰ ਜਗ੍ਹਾ 'ਤੇ ਜਾ ਕੇ ਪੇਪਰ ਦਿੱਤੇ ਆ ਉਹਨਾਂ ਨੇ ਔਰ ਜਾ ਕੇ ਉਹਨਾਂ ਨੇ ਕਦੇ ਪਰਵਾਹ ਨਹੀਂ ਕੀਤੀ ਆਪਣੇ ਪਰਿਵਾਰ ਦੀ ਅਤੇ ਆਪਣੇ ਆਪ ਨੂੰ ਡਿਸਿਪਲਿਨ ਦੇ ਵਿੱਚ ਰਹਿ ਕੇ ਉਹਨਾਂ ਨੇ ਇਹ ਜਿਹੜਾ ਕੰਮ ਕੀਤਾ। ਔਰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਸਾਡੇ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਵਹਿਮ ਸੀ, ਬੜੇ ਸਾਰੇ ਲੋਕਾਂ ਨੇ ਇਹ ਸਾਡਾ ਜਿਹੜਾ ਨਿਊਜ਼ ਪੇਪਰ ਸੀਗੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਸੈਨਾਟਾਈਜ਼ਰ ਹੋ ਕੇ ਜਿਹੜੇ ਅਖਬਾਰ ਨੇ, ਚਾਹੇ ਉਹ ਜਗਬਾਣੀ, ਚਾਹੇ ਅਜੀਤ ਆ, ਚਾਹੇ ਅੱਜ ਦੀ ਆਵਾਜ਼ ਆ, ਚਾਹੇ ਸਪੋਕਸਮੈਨ ਆ, ਚਾਹੇ ਜੋ ਵੀ ਅਖਬਾਰ ਹੈ, ਉਹ ਸਾਰੇ ਜਿਹੜੇ ਆ ਸੈਨਾਟਾਈਜ਼ਰ ਹੋ ਕੇ ਆਉਂਦੇ ਆ ਔਰ ਉਹਨਾਂ ਦੇ ਵਿੱਚ ਸਾਨੂੰ ਕਿਸੇ ਕਿਸਮ ਦੀ, ਕਿਉਂਕਿ ਸਾਡੇ ਡਾਕਟਰਾਂ ਨੇ ਵੀ, ਸਾਡੇ ਮਾਹਰਾਂ ਨੇ ਵੀ, ਸਾਰਿਆਂ ਨੇ ਇਹ ਹਦਾਇਤਾਂ ਕੀਤੀਆਂ ਕਿ ਅਖਬਾਰਾਂ ਦੇ ਵਿੱਚ ਕਿਸੇ ਕਿਸਮ ਦੀ ਇਹੋ ਜਿਹੀ ਕੋਈ ਗੱਲ ਨਹੀਂ ਹੈ। ਔਰ ਮੈਂ ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਦਾ, ਜਿਸ ਤਰ੍ਹਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ, ਔਰ ਮੈਂ ਗੱਲ ਇੱਥੇ ਇਹ ਵੀ ਕਰੂੰਗਾ ਸਾਡੇ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੇ ਜਿਹੜੇ ਨੇ ਮੋਦੀ ਸਾਹਿਬ, ਔਰ ਜਿਨ੍ਹਾਂ ਨੇ ਬਹੁਤ ਹੀ ਸਮੇਂ ਦੀ ਨਜਾਕਤ ਨੂੰ ਦੇਖਦੇ ਹੋਏ ਬੜੇ ਵਕਤ ਦੇ ਨਾਲ ਅੱਜ ਤੋਂ 63 ਦਿਨ ਪਹਿਲਾਂ ਜਿਹੜਾ ਲੋਕਡਾਊਨ ਕੀਤਾ, ਕਰਫਿਊ ਲਾਇਆ ਅਤੇ ਸਾਡੇ ਜਿਹੜਾ ਹਿੰਦੁਸਤਾਨ ਹੈ ਜਾਂ ਸਾਡੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਦਾ ਬਹੁਤ ਵੱਡਾ ਬਚਾਅ ਹੋਇਆ, ਕਿਉਂਕਿ ਸੁਣੀਦਾ ਰੋਜ਼ ਅਖਬਾਰਾਂ ਦੇ ਵਿੱਚ, ਰੋਜ਼ TVਆਂ ਦੇ ਵਿੱਚ ਸੁਣੀਦਾ ਅਮੈਰੀਕਾ ਵਰਗੇ ਜਿਹੜੇ ਦੇਸ਼ ਨੇ ਜਿੱਥੇ ਬਹੁਤ ਵੱਡੇ ਪ੍ਰਬੰਧ ਨੇ, ਚਾਹੇ ਉਹ ਚਾਈਨਾ ਵਾ, ਔਰ ਅਮੈਰੀਕਾ ਦੇ ਵਿੱਚ ਅੱਜ ਵੀ ਬਹੁਤ ਤਾਦਾਦ ਵਧੀ ਹੋਈ ਹੈ, ਔਰ ਜਿੱਥੇ ਮੈਂ ਕਹਿੰਦਾ ਚਾਹੇ ਉਹਨਾਂ ਨੇ ਕੰਟਰੋਲ ਕੀਤਾ ਪਰ ਨਹੀਂ ਸਾਡੇ ਹਿੰਦੁਸਤਾਨ ਦਾ ਔਰ ਸਾਡੇ ਪੰਜਾਬ ਦਾ, ਕਿਉਂਕਿ ਸਾਡੇ ਮਹਾਰਾਜਾ ਨੇ ਕੱਲ੍ਹ ਵੀ ਪਰਸੋਂ ਵੀ ਰਿਪੋਰਟ ਦਿੱਤੀ ਹੈ ਵੀ ਜਿਹੜਾ ਪੰਜਾਬ ਨੇ ਲੜਾਈ ਲੜੀ ਆ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਔਰ ਜਿਹੜੀ ਸਾਡੀ ਸਾਰੀ ਸਮੁੱਚੀ ਟੀਮ ਲੀਡਰਸ਼ਿਪ, ਸਾਡੇ ਜਿੰਨੇ ਵੀ ਕੈਬਨਿਟ ਮੰਤਰੀ ਆ ਉਹਨਾਂ ਨੇ ਲੜਾਈ ਹੈ ਜਿਹੜੀ ਲੜੀ ਆ ਬਹੁਤ ਹੀ ਵਧੀਆ ਢੰਗ ਨਾਲ ਲੜਾਈ ਲੜੀ ਆ, ਔਰ ਸਮੁੱਚੇ ਸਾਡੇ ਲੋਕਾਂ ਨੇ ਵੀ ਇੰਨਾ ਸਾਥ ਦਿੱਤਾ
ਪਹਿਲਾਂ ਪਹਿਲਾਂ ਜ਼ਰੂਰ ਲੋਕਾਂ ਨੂੰ ਸੀ ਵੀ ਅਸੀਂ ਅੰਦਰ ਰਹਿੰਦੇ ਹਾਂ, ਅੰਦਰ ਰਹਿਣ ਦੀ ਮੁਸ਼ਕਲ ਜ਼ਰੂਰ ਸਮਝਦੇ ਸੀ, ਔਰ ਫਿਰ ਲੋਕਾਂ ਨੇ ਇਸ ਚੀਜ਼ ਨੂੰ ਸੋਚਿਆ ਕਿ ਵਾਕਈ ਇਹ ਜਾਨਲੇਵਾ ਜਿਹੜੀ ਇਹ ਸਾਬਤ ਹੋ ਰਹੀ ਹੈ ਬਿਮਾਰੀ ਹੈ ਜਿਹੜੀ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਲੋਕਾਂ ਨੇ ਅੰਦਰ ਰਹਿ ਕੇ, ਵਪਾਰੀ ਵਰਗ ਨੇ, ਸਾਡੇ ਜ਼ਿਮੀਂਦਾਰ ਵਰਗ ਨੇ, ਮਜ਼ਦੂਰਾਂ ਨੇ, ਕਿਸਾਨਾਂ ਨੇ, ਚਾਹੇ ਉਹਨਾਂ ਨੂੰ ਜਿਹੜਾ ਖਾਣ ਪੀਣ ਦਾ ਸਮਾਨ ਆ ਸਾਡੀਆਂ ਸਰਕਾਰਾਂ ਨੇ ਮੁਹੱਈਆ ਕਰਾਇਆ, ਪਰ ਫਿਰ ਵੀ ਉਹਦੇ ਮੱਦੇਨਜ਼ਰ ਰੱਖ ਕੇ ਉਹ ਆਪਣੇ ਅੰਦਰਾਂ ਦੇ ਵਿੱਚ ਰਹਿ ਕੇ ਡਿਸਿਪਲਨ ਦੇ ਵਿੱਚ ਰਹਿ ਕੇ ਉਹਨਾਂ ਨੇ ਕੰਮ ਕੀਤਾ। ਔਰ ਮੈਂ ਸਾਡੇ ਹਲਕੇ ਦਾਖੇ ਦੀ ਗੱਲ ਕਰਨ ਲੱਗਿਆ, ਜਿੱਥੇ ਬਹੁਤ ਹੀ ਸਾਡੇ ਸਤਿਕਾਰਯੋਗ ਕੈਪਟਨ ਸੰਦੀਪ ਸੰਧੂ ਜੀ, ਜਿਨ੍ਹਾਂ ਨੇ ਪਿਛਲੇ 63-64 ਦਿਨਾਂ ਤੋਂ ਜਿਸ ਦਿਨ ਦਾ ਲੋਕਡਾਊਨ ਹੋਇਆ ਉਹਨਾਂ ਨੇ ਬਹੁਤ ਹੀ ਮੁਸ਼ੱਕਤ ਦੇ ਨਾਲ ਸਾਡੇ ਇਸ ਹਲਕੇ ਦਾਖੇ ਦੇ ਵਿੱਚ ਆਪ ਪ੍ਰੈਜੈਂਟ ਰਹਿ ਕੇ, ਆਪ ਇੱਥੇ ਬੈਠ ਕੇ ਸਾਰੇ ਲੋਕਾਂ ਦੀਆਂ ਦੁੱਖ ਤਕਲੀਫਾਂ, ਔਰ ਜਿਹੜੇ ਲੋਕਾਂ ਨੂੰ ਰਾਸ਼ਨ ਜਿੱਥੇ ਜਿੱਥੇ ਨਹੀਂ ਪਹੁੰਚਿਆ ਉਹਨਾਂ ਦਾ ਰਾਸ਼ਨ ਪਹੁੰਚਦਾ ਕੀਤਾ। ਔਰ ਮੈਂ ਸਮਝਦਾ ਵੀ ਬਹੁਤ ਵੱਡਾ ਉਪਰਾਲਾ, ਜਿਹੜੇ 63 ਦਿਨ ਉਹਨਾਂ ਨੇ ਇੱਥੇ ਆਪਣੇ ਘਰ ਤੱਕ ਨਹੀਂ ਗਏ, ਉਹ ਇੱਥੇ ਹਾਜ਼ਰ ਰਹਿ ਕੇ ਲੋਕਾਂ ਦੀ ਸੇਵਾ ਕੀਤੀ ਆ। ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਐਸੇ ਇਨਸਾਨ ਆ ਜਿਹੜੀ ਉਹਨਾਂ ਦੀ ਸਾਰਿਆਂ ਦੀ ਸਾਨੂੰ ਦੱਬ ਕੇ ਮਦਦ ਕਰਨੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ। ਔਰ ਮੈਂ ਫਿਰ ਸਾਡੇ ਇਸ ਨਗਰ ਦੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਜੀ, ਔਰ ਸਾਡੇ ਸਾਬਕਾ ਸਰਪੰਚ ਰਹੇ ਨੇ ਉਹ, ਔਰ ਕੁਲਦੀਪ ਸਿੰਘ ਜੀ ਧਾਲੀਵਾਲ ਜਿਹੜੇ ਸਾਡੇ ਸੈਕਟਰੀ ਨੇ PPCC ਦੇ, ਅਮਰਜੀਤ ਸਿੰਘ ਜੀ ਧਾਲੀਵਾਲ, ਮੰਤਰੀ ਜੀ ਸਾਡੇ ਸਾਰੇ ਹੀ ਜਿੰਨੇ ਆਪਣੇ ਗੋਸੀਏ ਤੋਂ ਬੱਗਾ ਜੀ, ਔਰ ਸਾਰੇ ਵੀ ਜਿੰਨੇ ਸਾਡੇ ਮਿੱਤਰ ਆ ਇੱਥੇ ਆਏ ਆ, ਮੈਂ ਸਾਰਿਆਂ ਦਾ ਆਪਣੇ ਘਰ ਆਉਣ 'ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵਧਾਈ ਵੀ ਦਿੰਦਾ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ, ਔਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹ ਵੀ ਕਹਿਣਾ, ਅਤੇ ਜਿਹੜਾ ਸਮਾਂ ਜਿਹੜਾ ਵਕਤ ਸਾਡੀਆਂ ਸਰਕਾਰਾਂ ਜਿਹੜੇ ਤਰੀਕੇ ਨਾਲ ਇਹ ਜਿਹੜਾ ਜਿਹੜੀ ਇਹ ਸਾਡੀ ਲੜਾਈ ਆ ਕਰੋਨਾ ਦੀ, ਇਹਨੂੰ ਲੜਨ ਦੇ ਵਿੱਚ ਉਹ ਜਿਹੜੀ ਮਦਦ ਕਰਨਗੇ, ਔਰ ਜਿੱਥੇ ਸਾਡੀ ਜ਼ਰੂਰਤ ਹੋਊ ਅਸੀਂ ਹਾਜ਼ਰ ਹਾਂ, ਔਰ ਉਹ ਮਦਦ ਕਰਦੇ ਰਹਿਣਗੇ, ਔਰ ਆਪਣੀ ਇਹ ਲੜਾਈ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ